असीं गल करते रहिंदे सांझा पंजाब ते हर वेले स्काई इमीग्रेशन की एक भरोसे वाला नाम है। तुसीं कोई भी इमीग्रेशन का काम करना स्काई इमीग्रेशन का नाम हमेशा याद रखो। तो अमरदीप सिंह मेरे लाइन ते ने कुछ गलबात करांगे। अमरदीप जी जी आम सत श्री अकाल। बहुत सारे लोग कह रहे हैं कि इमीग्रेशन के काम कार इन दिनों नहीं हो रहे, ये कितों तक सच है? काफ़ी हद तक सच है जी। जिहड़े अपने परिवार पिछे रह गए ने जी, जी जिहड़ी इमीग्रेशन है पिछों जिहड़ी है अपने जी आपां भारत मूल तों आ तां भारत दे विच जिहड़ी इमीग्रेशन दी एप्लीकेशनस ने ओह प्रोसैस इस वेले नहीं हो रही हैं, सो काफ़ी समां लग रहा जी उन्हां नूं। ते जिहड़े इत्थे लोग ने विजिटर आए हुए आ जां जिन्हां कोल वर्क परमिट है उन्हां नूं LMI दे तां कोई प्रॉब्लम नहीं? इत्थों तां सारा ऑनलाइन काम हो रहा ना? इत्थे तां हो रहा जी, हाँ जी। तो विदिन कैनेडा दे विच सरकार ने जिदा आपां विजिटर आए हुए हाँ जां असीं इत्थे स्टूडेंट हाँ जां असीं वर्क परमिट ते हाँ, सानूं ईवन बायोमैट्रिक तों एग्जामशन दित्ती हुई है जी। तो जे हुण कोई परिवार इत्थे विजिटर आया होया सो जे इत्थे कोई लोकल इंपलॉयर जी नूं अपने किते दे विच कामां दी लोड़ है सो जे ओह अपनी LMI अप्रूव कराउंदा है तां उहदे नाल जिहड़े इत्थे आए हुए परिवार ने ਉਹ LMI ਲੈ ਕੇ ਆਪਦਾ ਵਰਕ ਪਰਮਿਟ ਜਿਹੜਾ ਹੈ ਆਨਲਾਈਨ ਕਰ ਸਕਦੇ ਨੇ। ਸੋ ਜੋ ਜਿਹੜਾ ਪਹਿਲਾਂ ਆਨਲਾਈਨ ਨਹੀਂ ਸੀ ਹੁੰਦਾ ਹੁਣ ਸਰਕਾਰ ਨੇ ਉਹ ਉਹਦੇ ਵਿੱਚ ਰਾਹ ਦਿੱਤੀ ਹੈ ਵੀ ਤੁਸੀਂ ਆਨਲਾਈਨ ਵੀ ਐਪਲੀਕੇਸ਼ਨ ਕਰ ਸਕਦੇ ਹੋ ਵਿਦਿਨ ਕੈਨੇਡਾ। ਇੱਕ ਜਿਹੜਾ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਲੋਕ ਇੱਥੇ ਵਿਜ਼ਟਰ ਆਏ ਹੋਏ ਨੇ ਜੇ ਉਹ ਇੱਕ ਸਾਲ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁਣ ਤਾਂ ਉਹਨੂੰ ਰਾਈਟ ਵੇ ਮਿਲ ਜਾਂਦਾ, ਉਸ ਬਾਰੇ ਥੋੜ੍ਹੀ ਜਾਣਕਾਰੀ ਬਰੀਫਲੀ ਦਿਓ। LMI ਬੇਸਡ ਹੀ ਵਰਕ ਪਰਮਿਟ ਹੈ ਜੀ, ਕੋਈ ਹੋਰ ਕੋਈ ਵਰਕ ਪਰਮਿਟ ਨਹੀਂ ਹੈਗਾ। ਓਕੇ। ਕਈਆਂ ਨੂੰ ਐਵੇਂ ਭੁਲੇਖੇ ਪਏ ਸੀਗੇ ਵੀ ਕਿਸੇ ਕੋਲੋਂ ਜੋਬ ਆਫਰ ਲੈ ਕੇ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ, ਨਹੀਂ ਬਿਲਕੁਲ ਹੀ ਇਹਦੇ ਵਿੱਚ ਇਹ ਨਿਊਜ਼ ਗਲਤ ਹੈ। ਸੋ ਜੋਬ ਆਫਰ ਤੋਂ ਜਿਹੜਾ ਭਾਵ ਇਹ ਹੈ ਵੀ LMI ਬੇਸਡ ਇੱਕ ਜਿਹੜੀ ਪ੍ਰੋਸੈਸ ਹੈ ਉਹਦੇ ਵਿੱਚੋਂ ਨਿਕਲਣਾ ਪੈਣਾ ਹੈ, LMI ਲੈ ਕੇ ਹੀ ਤੁਸੀਂ ਆਪਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਸੋ ਕਈ ਜਿਹੜੇ ਆਪਣੇ ਮੁਲਕ ਦੇ ਵਿੱਚ ਸਟੇਟਾਂ ਨੇ ਜਿੱਥੇ LMI ਐਗਜ਼ਾਮਟ ਵਰਕ ਪਰਮਿਟ ਹੁੰਦੇ ਨੇ, ਬਟ ਉਹਦਾ ਇੱਕ ਤਰੀਕਾ ਹੈ ਉਹ, ਬਟ ਲੇਕਿਨ ਇੰਨਾ ਆਸਾਨ ਨਹੀਂ ਜਿੱਦਾਂ ਲੋਕਾਂ ਨੂੰ ਲੱਗ ਰਿਹਾ। ਇਸ ਨਾਲ ਨਾਲ ਜਿਹੜੇ ਲੋਕਾਂ ਨੂੰ ਲੋਕਡਾਊਨ ਤੋਂ ਪਹਿਲਾਂ ਉਹਨਾਂ ਨੂੰ ਜੈਸ ਹੋ ਗਏ ਸੀ, LMI ਉਹਦੇ ਅਪਰੂਵ ਹੋ ਗਏ ਸੀ, ਪਰ ਉਹਨਾਂ ਨੂੰ ਬਾਰਡਰ ਕ੍ਰੋਸਿੰਗ ਦੀ ਪ੍ਰੋਬਲਮ ਆਈ ਸੀ। ਕੀ ਬਾਰਡਰ ਕ੍ਰੋਸਿੰਗ ਖੁੱਲ ਚੁੱਕੀ ਉਹਨਾਂ ਵਾਸਤੇ? ਆਪਣੇ ਮੁਲਕ ਦੇ ਵਿੱਚ ਜੀ ਕਈ ਇਸ ਤਰ੍ਹਾਂ ਦੇ ਬਾਰਡਰ ਨੇ ਜਿਹੜੇ ਕਾਫੀ ਲੰਬੇ ਬਾਰਡਰ ਨਹੀਂ, ਜਿੱਦਾਂ ਆਪਾਂ ਜੇ ਆਪਾਂ ਸਾਰਨੀਆਂ ਇੱਧਰ ਕੈਨੇਡਾ ਦੇ ਵਿੱਚ ਆਪਣੇ ਅੰਟਾਰੀ 'ਚ ਗੱਲ ਕਰਦੇ ਹਾਂ, ਸੋ ਕਈ ਵੈਨਕੂਵਰ ਦੇ ਵਿੱਚ ਬਾਰਡਰ ਨੇ ਜਾਂ ਕਬੈਕ ਦੇ ਵਿੱਚ ਬਾਰਡਰ ਨੇ ਜਿੱਥੇ ਜਿਹੜਾ ਹੈਗਾ ਤੁਸੀਂ ਜਾ ਕੇ ਆਪਦਾ ਵਰਕ ਪਰਮਿਟ ਕਰ ਸਕਦੇ ਹੋ, ਬਟ ਹਰੇਕ ਜਗ੍ਹਾ ਦੇ ਉੱਤੇ ਨਹੀਂ। ਜੀ ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਸਕਾਈ ਇਮੀਗ੍ਰੇਸ਼ਨ ਤੋਂ ਅਮਰਦੀਪ ਹੋਣਾ ਦੇ ਨਾਲ। ਨੰਬਰ ਹੈ 6497209686497296 8। ਅਤੇ ਜਿਹਨਾਂ ਲੋਕਾਂ ਦੇ ਇੱਥੇ ਵਰਕ ਪਰਮਿਟ ਅਪਰੂਵ ਹੋਏ ਨੇ ਤਾਂ ਉਹਨਾਂ ਨੂੰ ਜੇ ਕੋਈ ਹੈਲਪ ਚਾਹੀਦੀ ਹੁੰਦੀ ਅਮਰਦੀਪ ਜੀ, ਉਹਨਾਂ ਨੇ ਇਮੀਗ੍ਰੇਸ਼ਨ ਕਿਸ ਤਰ੍ਹਾਂ ਲੈਣੀ ਆ, ਤਾਂ ਉਹਨਾਂ ਲੋਕਾਂ ਦੀ ਤੁਸੀਂ ਕਿੱਦਾਂ ਮਦਦ ਕਰਦੇ ਹੋ? ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜਾ ਉਹਨਾਂ ਦਾ ਸੁਪਨਾ ਪੂਰਾ ਕਰਨ ਦੇ ਵਿੱਚ ਪੂਰੀ ਮਦਦ ਕਰਦੇ ਹਾਂ ਜੀ। ਜੀ ਉਹਨਾਂ ਨੂੰ ਪੂਰਾ ਸਮਝਾਇਆ ਜਾਂਦਾ ਵੀ ਜਿਲ੍ਹੇ ਤੁਸੀਂ ਵਰਕ ਪਰਮਿਟ ਦੇ ਉੱਤੇ ਹੋ ਤੁਹਾਡੇ ਕੀ ਆਪਣੇ ਅਧਿਕਾਰ ਨੇ, ਕੀ ਤੁਹਾਨੂੰ ਜਿਹੜਾ ਡਾਕੂਮੈਂਟੇਸ਼ਨ ਹੈ ਤੁਹਾਨੂੰ ਸਾਂਭਣ ਦੀ ਲੋੜ ਹੈਗੀ ਹੈ, ਤੁਸੀਂ ਉਹਨੂੰ ਸੰਭਾਲ ਕੇ ਰੱਖਣਾ ਹੈ। ਵੀ ਜਿਹੜਾ ਆਫੀਸਰ ਹੈ ਜਿਸ ਵੇਲੇ ਤੁਸੀਂ ਆਪਦੀ ਕੱਲ੍ਹ ਜਾ ਕੇ PR ਦੀ ਐਪਲੀਕੇਸ਼ਨ ਲਾਉਂਦੇ ਹੋ ਉਹ ਤੁਹਾਡੇ ਕੋਲੋਂ ਕਿਹੜੇ ਕਿਹੜੇ ਡਾਕੂਮੈਂਟਸ ਦੀ ਜਿਹੜੀ ਡਿਮਾਂਡ ਹੈ ਰੱਖਦਾ। ਹੁਣ ਕਈ ਪਰਿਵਾਰ ਆਪਣੇ ਆਏ ਨੇ ਜਿਹੜੇ ਪਿੱਛੇ ਬਹੁਤ ਵਧੀਆ ਜਗ੍ਹਾਵਾਂ ਤੇ ਕੰਮ ਕਰਦੇ ਆਏ ਨੇ, ਕੋਈ ਬੈਂਕਾਂ ਦੇ ਵਿੱਚ ਕੰਮ ਕਰਦੇ ਸੀਗੇ, ਕੋਈ ਸਰਕਾਰੀ ਮੁਲਾਜ਼ਮ ਸੀਗੇ, ਜਿੱਦਾਂ ਵੀ ਸਾਰੇ ਕੰਮ ਕਰਕੇ ਆਏ ਨੇ। ਸੋ ਉਹਦਾ ਇੱਕ ਡਾਕੂਮੈਂਟੇਸ਼ਨ ਦਾ ਇੱਕ ਤਰੀਕਾ ਹੁੰਦਾ ਹੈ ਜਿਹਦੇ ਜਿਹੜਾ ਇੱਥੇ ਦਾ ਕੈਨੇਡੀਅਨ ਆਫੀਸਰ ਵੇਖਣਾ ਚਾਹੁੰਦਾ ਹੈ। ਸੋ ਉਹ ਜਿਹੜਾ ਪ੍ਰੋਪਰ ਡਾਕੂਮੈਂਟੇਸ਼ਨ ਜੇ ਤੁਹਾਡੇ ਕੋਲ ਹੋਵੇਗਾ ਤਾਂ ਹੀ ਤੁਹਾਨੂੰ ਉਸ ਐਕਸਪੀਰੀਅੰਸ ਦੇ ਜਿਹੜੇ ਪੁਆਇੰਟਸ ਹੁੰਦੇ ਨੇ ਇਮੀਗ੍ਰੇਸ਼ਨ ਦੇ ਵਿੱਚ ਮਿਲ ਸਕਦੇ ਨੇ। ਸੋ ਜਿਹੜਾ ਪੇਪਰ ਵਰਕ ਹੈ ਜੀ ਉਹ ਬਿਲਕੁਲ ਉਹਨਾਂ ਨੂੰ ਸਹੀ ਚਾਹੀਦਾ ਹੁੰਦਾ। ਉਹ ਸੁਣ ਦੇ ਵਿੱਚ ਕਈ ਵਾਰੀ ਆਉਂਦਾ ਆਪਣੇ ਜਿਹੜੇ ਪੁਲਿਸ ਕਲੀਅਰੈਂਸ ਵੀ ਹੁੰਦੀਆਂ ਨੇ ਰੀਸੈਂਟਲੀ, ਜਿੱਦਾਂ ਹੁਣ ਲੋਕੀ PR ਦੀ ਐਪਲੀਕੇਸ਼ਨ ਲਾਉਂਦੇ ਨੇ। ਸੋ ਕਈ ਵਾਰੀ ਆਪਾਂ ਜਲਦੀ ਕਰਦੇ ਹਾਂ, ਅਸੀਂ ਜਿਹੜੀ ਪੁਲਿਸ ਕਲੀਅਰੈਂਸ ਹੈ ਆਪਾਂ ਭਾਰਤ ਤੋਂ ਮੰਗਵਾ ਲੈਂਦੇ ਹਾਂ, ਇੰਸਟੈਡ ਆਫ ਵੀ ਅਸੀਂ ਆਪਣੇ ਇੱਥੇ ਕੌਂਸਲਰ ਤੋਂ ਲਵੇਂ ਲੈ ਕੇ ਅਸੀਂ ਲਾਈਏ। ਸੋ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ। ਸੋ ਜਿਹੜਾ ਪ੍ਰੋਪਰ ਡਾਕੂਮੈਂਟੇਸ਼ਨ ਹੈਗਾ ਜਿੱਦਾਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਪਰ ਉਹਨਾਂ ਨੇ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਨ ਵਾਸਤੇ ਤੁਹਾਨੂੰ ਕਿਹਾ ਹੈ, ਸੋ ਉਹਨਾਂ ਚੀਜ਼ਾਂ ਨੂੰ ਕਰਨ ਦੀ ਜ਼ਰੂਰਤ ਹੈ ਜੀ। ਸੋ ਜਿਹੜਾ ਪੇਪਰ ਵਰਕ ਹੈ ਜੀ ਬਹੁਤ ਇੰਪੋਰਟੈਂਟ ਹੈ। ਬਹੁਤ ਸਾਰੇ ਬੱਚੇ ਬਹੁਤ ਕਾਹਲੀ ਕਰਦੇ ਨੇ, ਉਹ ਆਪਣੇ ਆਪ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ ਨੇ,
ਅਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਦੋਂ ਆਪ ਆਪਣੇ ਆਪ ਅਪਲਾਈ ਕਰਦੇ ਨੇ ਕੁਛ ਪੇਪਰ ਵਰਕ ਪ੍ਰੋਪਰ ਜਿੱਦਾਂ ਤੁਸੀਂ ਕਿਹਾ ਜਾਂ ਨਹੀਂ ਲੱਗਦਾ ਅਤੇ ਰਿਫਿਊਜ਼ ਹੋ ਸਕਦਾ ਜੇ ਰਿਫਿਊਜ਼ਲ ਆ ਜਾਂਦੀ ਆ ਜਾਂ ਆਪ ਅਪਲਾਈ ਕਰਨ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਰਕੇ ਉਹ ਤੁਹਾਡੇ ਕੋਲ ਆ ਸਕਣ ਅਤੇ ਪ੍ਰੋਪਰ ਤਰੀਕੇ ਦੇ ਨਾਲ ਤੁਹਾਡੇ ਤੋਂ ਗੱਲ ਸਮਝ ਸਕਣ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਭਾਅ ਜੀ ਦੇਖੋ ਆਪਣੇ ਬੱਚੇ ਕਾਫੀ ਬਹੁਤ ਬੱਚੇ ਆਪਣੇ ਪੜ੍ਹੇ ਲਿਖੇ ਨੇ ਵਧੀਆ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਬਟ ਜਿਹੜੀ ਕਹਿੰਦੇ ਹੁੰਦੇ ਆ ਵੀ ਜਿਸਕਾ ਕਾਮ ਉਸੀ ਕੋ ਸਾਜੇ ਉਹ ਕਈ ਵਾਰੀ ਕੀ ਹੁੰਦਾ ਜੇ ਤੁਹਾਨੂੰ ਪ੍ਰੋਪਰ ਨੌਲੇਜ ਨਹੀਂ ਜੇ ਤੁਸੀਂ ਕਿਤੇ ਵੀ ਤੁਹਾਨੂੰ ਲੱਗਦਾ ਵੀ ਤੁਸੀਂ 10-15% ਤੁਹਾਨੂੰ ਨੌਲੇਜ ਇਸ ਚੀਜ਼ ਦੀ ਨਹੀਂ ਹੈਗੀ ਇਮੀਗ੍ਰੇਸ਼ਨ ਦਾ ਜਿਹੜਾ ਸੁਪਨਾ ਹੁੰਦਾ ਹਰੇਕ ਦਾ ਆਪਣਾ ਹੁੰਦਾ ਵੀ ਜਿਹੜੇ ਅਸੀਂ ਇਸ ਮੁਲਕ 'ਚ ਆਏ ਹਾਂ ਤੇ ਜੇ ਤੁਸੀਂ ਇਸ ਮੁਲਕ 'ਚ ਆ ਕੇ ਆਪਦੀਆਂ ਪੜ੍ਹਾਈਆਂ ਉੱਤੇ $60-70,000 ਤੁਸੀਂ ਲਾ ਚੁੱਕੇ ਹੋ ਤੁਸੀਂ ਇੱਥੇ ਇੰਨਾ ਸਮਾਂ ਇਨਵੈਸਟ ਕਰ ਸਕੇ ਹੋ ਕਰ ਚੁੱਕੇ ਹੁੰਦੇ ਹੋ ਉਸ ਵੇਲੇ ਨਾ ਤੁਹਾਨੂੰ ਸਮਝਦਾਰੀ ਦੇ ਨਾਲ ਇਹੀ ਚਾਹੀਦਾ ਵੀ ਤੁਸੀਂ ਜੇ ਤੁਹਾਨੂੰ ਪ੍ਰੋਪਰ ਨੌਲੇਜ ਨਹੀਂ ਤਾਂ ਤੁਸੀਂ ਇੱਕ ਰਾਈਟ ਪਰਸਨ ਨੂੰ ਹਾਇਰ ਕਰੋ ਹਾਇਰ ਕਰਕੇ ਥੋੜ੍ਹੀ ਫੀਸ ਹੀ ਹੁੰਦੀ ਹੈ ਬਾਬੂ ਜੀ ਥੋੜ੍ਹੀ ਫੀਸ ਦੇ ਕੇ ਤੁਸੀਂ ਆਪਦਾ ਪ੍ਰੋਪਰ ਜਿਹੜਾ ਪੇਪਰ ਵਰਕ ਹੈ ਨਾ ਉਹ ਤੁਸੀਂ ਕਰਵਾ ਸਕਦੇ ਬਹੁਤ ਸਾਰੇ ਲੋਕਾਂ ਦਾ ਆਊਟ ਆਫ ਸਟੇਟਸ ਹੋ ਗਿਆ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਉਹਨਾਂ ਕੋਲ ਸਟੇਟਸ ਕੋਈ ਨਹੀਂ ਹੈ ਤਾਂ ਉਹ ਲੋਕ ਫਿਰ ਕੀ ਕਰਨ ਹੁਣ ਦੇਖੋ ਜੀ ਸਰਕਾਰ ਨੇ ਇੱਕ ਬਹੁਤ ਵਧੀਆ ਕਾਨੂੰਨ ਕੱਢਿਆ ਸੀਗਾ ਵੀ ਜਿਹੜੇ 30 ਜਨਵਰੀ 2020 ਤੋਂ ਬਾਅਦ ਲੋਕ ਜਿਹੜੇ ਨੇ ਉਹ ਆਊਟ ਆਫ ਸਟੇਟਸ ਹੋ ਗਏ ਭਾਵੇਂ ਉਹ ਵਰਕ ਪਰਮਿਟ ਤੇ ਸੀਗੇ ਭਾਵੇਂ ਉਹ ਸਟੱਡੀ ਪਰਮਿਟ ਤੇ ਸੀਗੇ ਤੇ ਜੇ ਉਹਨਾਂ ਦੇ ਕੋਲ ਸਰਕਾਰ ਨੇ 30 ਦਸੰਬਰ ਤੱਕ ਦਾ ਸਮਾਂ ਦਿੱਤਾ ਸਰਕਾਰ ਨੇ ਕਿਹਾ ਵੀ ਤੁਸੀਂ ਇੱਕ ਪ੍ਰੋਪਰ ਐਕਸਪਲੇਨੇਸ਼ਨ ਲਾ ਕੇ ਸਾਨੂੰ ਦੱਸੋ ਵੀ ਤੁਸੀਂ ਕਿਉਂ ਆਊਟ ਆਫ ਸਟੇਟਸ ਹੋਏ ਹੋ ਤੇ ਤੁਸੀਂ ਆਪਦੀ ਜਿਹੜੀ ਅੱਗੇ ਇੱਕ ਕਾਨੂੰਨ ਹੁੰਦਾ ਸੀ ਵੀ ਉਹਦੇ ਵਿੱਚ 90 ਦਿਨਾਂ ਦੇ ਵਿੱਚ ਜੇ ਤੁਹਾਡਾ ਅੱਜ ਸਟੇਟਸ ਐਕਸਪਾਇਰ ਹੁੰਦਾ ਉਹਦੇ 90 ਦਿਨਾਂ ਦੇ ਵਿੱਚ ਤੁਸੀਂ ਰੈਜਿਸਟ੍ਰੇਸ਼ਨ ਦੀ $200 ਫੀਸ ਦੇ ਕੇ ਪਲੱਸ ਐਪਲੀਕੇਸ਼ਨ ਦੀ ਫੀਸ ਦੇ ਕੇ ਤੁਸੀਂ ਐਪਲੀਕੇਸ਼ਨ ਲਾ ਸਕਦੇ ਸੀ ਜੇ ਹੁਣ ਤੁਹਾਡੇ 90 ਦਿਨ ਵੀ ਤੁਸੀਂ ਟੱਪ ਚੁੱਕੇ ਹੋ ਤੁਸੀਂ ਤਾਂ ਵੀ ਐਪਲੀਕੇਸ਼ਨ ਜਿਹੜੀ ਲਾ ਸਕਦੇ ਹੋ ਸੋ ਤੁਸੀਂ ਉਹ ਐਪਲੀਕੇਸ਼ਨ ਲਾ ਕੇ ਪ੍ਰੋਪਰ ਸਰਕਾਰ ਨੂੰ ਸਮਝਾ ਕੇ ਤੁਸੀਂ ਉਹਦੇ ਵਿੱਚ ਆਪਣੀ ਐਪਲੀਕੇਸ਼ਨ ਸਬਮਿਟ ਕਰਕੇ ਤੁਹਾਡੀ ਅਸੀਂ ਰੀਸੈਂਟਲੀ ਇੱਕ ਬੱਚਾ ਸੀ ਸਾਡੇ ਕੋਲ ਸਟੱਡੀ ਪਰਮਿਟ ਤੇ ਸੀਗਾ ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹ ਪੜ੍ਹਦੇ ਰਹੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਮੇਰਾ ਸਟੱਡੀ ਪਰਮਿਟ ਐਕਸਪਾਇਰ ਹੈਗਾ ਸਰ ਸਟੱਡੀ ਪਰਮਿਟ ਸੀਗਾ ਆਲਮੋਸਟ 115 ਦਿਨ ਹੋ ਗਏ ਸੀ ਉਹਨੂੰ ਐਕਸਪਾਇਰ ਹੋਏ ਨੂੰ ਸੋ ਜਿਹੜੇ ਨਵੇਂ ਕਾਨੂੰਨ ਦੇ ਅੰਦਰ ਅਸੀਂ ਉਹਨਾਂ ਦੀ ਐਪਲੀਕੇਸ਼ਨ ਲਾਈ ਜਿਹੜੀ 1 ਹਫ਼ਤੇ ਦੇ ਵਿੱਚ ਅਪਰੂਵ ਹੋ ਕੇ ਉਹਨਾਂ ਦਾ ਸਟੱਡੀ ਪਰਮਿਟ ਆ ਗਿਆ ਸੀਗਾ ਸੋ ਗੱਲ ਸਾਰੀ ਉਹੀ ਹੈ ਜੀ ਨੌਲੇਜ ਦੀ ਜਿਵੇਂ ਤੁਸੀਂ ਹਰੇਕ ਰੂਲ ਤੇ ਰੈਗੂਲੇਸ਼ਨ ਦੇ ਨਾਲ ਅਪਡੇਟ ਰਹਿੰਦੇ ਹੋ ਤੁਸੀਂ ਉਹਨਾਂ ਦੇ ਨਾਲ ਉਹਨਾਂ ਕਲਾਇੰਟਸ ਦੀ ਹੈਲਪ ਕਰ ਸਕਦੇ ਹੋ ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਆਫਿਸ ਆਇਆ ਜਾਵੇ ਜਾਂ ਨਾ ਜਾਵੇ ਜਾਂ ਆਨਲਾਈਨ ਹੀ ਗੱਲਬਾਤ ਕੀਤੀ ਜਾਵੇ ਕੀ ਤੁਹਾਡੇ ਆਫਿਸ ਦੇ ਉੱਤੇ ਅਪੁਆਇੰਟਮੈਂਟ ਬਣ ਸਕਦੀ ਹੈ ਔਰ ਆਫਿਸ ਦੇ ਵਿੱਚ ਗਾਈਡਲਾਈਨ ਜਿਹੜੀਆਂ ਕਰੋਨਾ ਵਾਇਰਸ ਦੀਆਂ ਪੂਰੀਆਂ ਕੀਤੀਆਂ ਗਈਆਂ ਨੇ ਉੱਥੇ ਸ਼ੀਸ਼ੇ ਵਗੈਰਾ ਲੱਗੇ ਹੋਏ ਨੇ ਪ੍ਰੋਪਰ ਐਵਰੀਥਿੰਗ ਹਾਂਜੀ ਹਾਂਜੀ ਬਾਬੂ ਜੀ ਸੋ ਜਿਸ ਤਰ੍ਹਾਂ ਤੁਸੀਂ ਕਿਹਾ ਹਾਂਜੀ ਬਿਲਕੁਲ ਕਿਉਂਕਿ ਜਿਹੜਾ ਇੱਕ ਆਪਣੇ ਸਰਕਾਰ ਵੱਲੋਂ ਮਿੱਥੇ ਹੋਏ ਕਾਨੂੰਨ ਨੇ ਉਹਨਾਂ ਨੂੰ ਸਾਡੇ ਆਫਿਸ ਦੇ ਵਿੱਚ ਵੀ ਲਾਗੂ ਕੀਤਾ ਗਿਆ ਸੋ ਕਿਸੇ ਵੀ ਪਰਿਵਾਰ ਨੇ ਕਿਸੇ ਵੀ ਸਟੂਡੈਂਟ ਨੇ ਕਿਸੇ ਨੇ ਵੀ ਸਾਡੇ ਆਉਣਾ ਅਸੀਂ ਅਪਾਇੰਟਮੈਂਟ ਤੋਂ ਬਿਨਾਂ ਨਹੀਂ ਕਿਸੇ ਨੂੰ ਮਿਲਦੇ ਤੁਸੀਂ ਪਹਿਲਾਂ ਸਾਡੇ ਅਪਾਇੰਟਮੈਂਟ ਬਣਾਓ ਉਸ ਸਮੇਂ ਦੌਰਾਨ ਜਿਸਲੇ ਤੁਹਾਡੀ ਅਪਾਇੰਟਮੈਂਟ ਹੁੰਦੀ ਹੈ ਅੱਧੇ ਘੰਟੇ ਦੀ ਡਿਪੈਂਡਿੰਗ ਆਨ ਤੁਹਾਡੇ ਕੇਸ ਤੇ ਸੋ ਉਸ ਸਮੇਂ ਦੌਰਾਨ ਆਫਿਸ ਦੇ ਵਿੱਚ ਸਿਰਫ ਤੁਹਾਨੂੰ ਹੀ ਅਲਾਓ ਕੀਤਾ ਜਾਂਦਾ ਹੈ ਵੀ ਤੁਸੀਂ ਆ ਕੇ ਹੀ ਸਾਡੇ ਕੋਲ ਹੁੰਦੇ ਹੋ ਸੋ ਸੋਸ਼ਲ ਡਿਸਟੈਂਸਿੰਗ ਬਾਕੀ ਜਿੱਦਾਂ ਤੁਸੀਂ ਕਿਹਾ ਵੀ ਜਿਹੜੀ ਗਲਾਸਿੰਗ ਹੈਗੀ ਹੈ ਸੈਨੀਟਾਈਜ਼ਰਸ ਨੇ ਹਾਂਜੀ ਉਹ ਸਾਰਾ ਕੁਝ ਜਿਹੜਾ ਹੈਗਾ ਅਵੇਲੇਬਲ ਹੁੰਦਾ ਹੈ ਕੀ ਜਦੋਂ ਕੋਈ ਕਸਟਮਰ ਤੁਹਾਡੇ ਕੋਲ ਆਉਂਦਾ ਪਹਿਲੀ ਕੰਸਲੇਸ਼ਨ ਜਿਹੜੀ ਆ ਉਹ ਫ੍ਰੀ ਆ ਜਾਂ ਉਸ ਦਾ ਤੁਸੀਂ ਚਾਰਜ ਕਰਦੇ ਹੋ ਇਸ ਸਮੇਂ ਦੌਰਾਨ ਜੀ ਅਸੀਂ ਜਿਹੜੀ ਕੰਸਲਟੇਸ਼ਨ ਫੀਸ ਹੈ ਜੀ ਉਹ ਜ਼ਰੂਰ ਫਸਟ ਅਸੀਂ ਲੈਣੇ ਸ਼ੁਰੂ ਕੀਤੀ ਹੈ ਜਿਹੜੀ $50 ਹੀ ਹੁੰਦੀ ਹੈ ਜੀ ਜੀ ਬਟ ਜੇ ਤੁਸੀਂ ਸਾਨੂੰ ਹਾਇਰ ਕਰ ਲੈਂਦੇ ਹੋ ਜਿਹੜੀ ਉਹ ਫੀਸ ਹੈ ਜੀ ਉਹ ਤੁਹਾਨੂੰ ਵਾਪਸ ਕਰ ਲੈਂਦੇ ਹਾਂ ਸੋ ਬਿਕੋਜ਼ ਇਹਦੇ ਵਿੱਚ ਹੁਣ ਅਸੀਂ ਬਹੁਤ ਲਿਮਿਟਿਡ ਜਿਹੜੇ ਕਲਾਇੰਟਸ ਨੇ ਉਹਨਾਂ ਨੂੰ ਮਿਲਦੇ ਹਾਂ ਸੋ ਇਸ ਕਾਰਨ ਕਰਕੇ ਅਸੀਂ ਆਪਦੀ ਜਿਹੜੀ ਹੈਗੀ ਹੈ ਇੱਕ ਛੋਟੀ ਜਿਹੀ $50 ਦੀ ਕੰਸਲਟੇਸ਼ਨ ਫੀਸ ਰੱਖੀ ਹੈ ਅਮਰਦੀਪ ਜੀ ਥੈਂਕ ਯੂ ਸੋ ਮਚ ਜਾਂਦੇ ਜਾਂਦੇ ਆਪਣਾ ਫੋਨ ਨੰਬਰ ਅਤੇ ਐਡਰੈਸ ਦੇ ਦਿਓ ਕਿੱਥੇ ਤੁਹਾਨੂੰ ਲੋਕ ਮਿਲ ਸਕਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਹੈ ਉਹਨਾਂ ਨੂੰ ਸਹੀ ਸਲਾਹਕਾਰ ਕੋਈ ਨਹੀਂ ਮਿਲਦਾ ਸਲਾਹ ਉਹੀ ਦੇ ਸਕਦਾ ਜਿਹੜਾ ਬੰਦਾ ਐਕਸਪਰਟ ਹੈ ਆਪਣਾ ਨੰਬਰ ਦੇ ਦਿਓ ਅਤੇ ਐਡਰੈਸ ਦੇ ਦਿਓ ਹਾਂਜੀ ਹਾਂਜੀ ਸੋ ਬਾਬੂ ਜੀ ਸਾਡਾ ਆਫਿਸ ਦਾ ਫੋਨ ਨੰਬਰ ਹੈਗਾ ਜੀ 416-674-0009 ਸਾਡਾ ਜਿਹੜਾ ਆਫਿਸ ਹੈਗਾ ਜੀ ਇਹ ਮਿਸੀਸਾਗਾ ਬ੍ਰੈਂਪਟਨ ਤੇ ਟੋਰਾਂਟੋ ਦੇ ਕੁੰਜੇ ਤੇ ਹੈ ਜੀ 7003 ਸਟੀਲਜ਼ ਐਵਨਿਊ ਵੈਸਟ ਯੂਨਿਟ ਨੰਬਰ 5 ਤੇ ਤੁਸੀਂ ਸਾਡੇ ਆਫਿਸ ਲਾਈਨ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ ਤੁਸੀਂ ਮੈਨੂੰ ਮੇਰੇ ਪਰਸਨਲ ਸੈੱਲ ਤੇ ਵੀ ਕਾਲ ਕਰ ਸਕਦੇ ਹੋ 647-297-0968 ਤੁਸੀਂ ਮੇਰੇ ਸਾਥੀ ਰਵੀ ਨੂੰ ਕਾਲ ਕਰ ਸਕਦੇ ਹੋ 647-980-2014 ਸੋ ਬਾਬੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨੋ ਪ੍ਰੋਬਲਮ ਥੈਂਕ ਯੂ ਸੋ ਮਚ ਅਮਰਦੀਪ ਥੈਂਕ ਯੂ ਜੀ